ਜ਼ਿਆਦਾ ਉਹ ਲੋਕ ਆ ਜਿਹੜੇ ਸ਼ਾਮ ਨੂੰ ਜਿਹੜੀਆਂ ਦਰੀਆਂ ਥੱਲੇ ਵਿਛਾਉਂਦੇ ਆ ਉਹੀ ਸਾਡੇ ਆਗੂ ਝਾੜ ਕੇ ਉੱਤੇ ਲੈ ਕੇ ਪੈਂਦੇ ਨੇ। ਅਸੀਂ ਉਹ ਲੋਕ ਨਹੀਂ ਹੈਗੇ ਜਿਹੜੇ ਨੇ ਟਰੈਕਟਰਾਂ ਦੀਆਂ ਸੀਟਾਂ 'ਤੇ ਸੀਟਾਂ ਲਵਾ ਕੇ ਫਿਰ ਪੰਜਾਬ ਦੇ ਵਿੱਚ ਸਫ਼ਰ ਕਰਿਆ। ਉਹਨਾਂ ਦੇ ਮੂੰਹ 'ਤੇ ਆ ਬਹੁਤ ਵੱਡਾ ਚਪੇੜ ਹੈ। ਖੇਤੀ ਆਰਡੀਨੈਂਸ ਬਿੱਲਾਂ ਦੇ ਖਿਲਾਫ਼ ਪੰਜਾਬ ਵਿੱਚ ਕਿਸਾਨਾਂ ਦਾ ਪ੍ਰਦਰਸ਼ਨ ਦਿਨ ਬ ਦਿਨ ਤਿੱਖਾ ਹੁੰਦਾ ਜਾ ਰਿਹਾ ਹੈ। ਪਰ ਇਸ ਪ੍ਰਦਰਸ਼ਨ ਦਰਮਿਆਨ ਜੋ ਤਸਵੀਰਾਂ ਸਾਹਮਣੇ ਆਈਆਂ ਨੇ ਉਸ ਨੂੰ ਵੇਖ ਕੇ ਦੁਨੀਆ ਹੈਰਾਨ ਹੈ। ਦਰਅਸਲ ਕਿਸਾਨ ਖੇਤੀ ਆਰਡੀਨੈਂਸ ਬਿੱਲਾਂ ਦੇ ਖਿਲਾਫ਼ ਰੇਲਵੇ ਟਰੈਕਾਂ 'ਤੇ ਅਤੇ ਟੋਲ ਪਲਾਜ਼ਾ 'ਤੇ ਆਪਣਾ ਧਰਨਾ ਪ੍ਰਦਰਸ਼ਨ ਕਰ ਰਹੇ ਨੇ। ਇਸ ਚਲਦੇ ਟੋਲ ਪਲਾਜ਼ਾ 'ਤੇ ਪਰਚੀ ਬਿਲਕੁਲ ਫ੍ਰੀ ਹੋ ਚੁੱਕੀ ਹੈ ਅਤੇ ਹਰ ਲੰਘਣ ਵਾਲੀ ਗੱਡੀ ਧਰਨਾ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ 100 ਰੁਪਈਆ ਦੇ ਕੇ ਜਾ ਰਿਹਾ ਸੀ। ਕਿਸਾਨ ਜਥੇਬੰਦੀਆਂ ਨੇ ਇਸ ਨੂੰ ਆਪਣੇ ਅਸੂਲਾਂ ਦੇ ਖਿਲਾਫ਼ ਮੰਨਦੇ ਹੋਏ ਟੋਲ ਪਲਾਜ਼ਾ 'ਤੇ ਬੋਰਡ ਲਗਾ ਦਿੱਤਾ ਕਿ ਇੱਥੋਂ ਲੰਘਣ ਵਾਲਾ ਕੋਈ ਵੀ ਗੱਡੀ ਵਾਲਾ ਉਹਨਾਂ ਨੂੰ ਪੈਸੇ ਦੇਣ ਦੀ ਕੋਸ਼ਿਸ਼ ਨਾ ਕਰੇ। ਦਿਨ ਰਾਤ ਦਾ ਪ੍ਰਦਰਸ਼ਨ ਹੈ, 24 ਘੰਟੇ ਲੰਗਰ ਚੱਲਣਾ ਹੈ, ਪਰ ਕਿਸਾਨ ਇਹ ਸਾਰਾ ਕੁਝ ਆਪ ਹੀ ਕਰਨਾ ਚਾਹੁੰਦੇ ਨੇ। ਕਿਸਾਨਾਂ ਦਾ ਕਹਿਣਾ ਹੈ ਕਿ ਉਹਨਾਂ ਕੋਲ ਰਾਸ਼ਨ ਪਾਣੀ ਬਹੁਤ ਹੈ ਅਤੇ ਉਹ ਆਪਣੇ ਕਿਸਾਨ ਵੀਰਾਂ ਦੀ ਮਦਦ ਨਾਲ ਹੀ ਇਹ ਸਭ ਕੁਝ ਕਰਨਗੇ। ਜੇ ਕੋਈ ਵੀਰ ਇੱਥੋਂ ਲੰਗਰ ਛਕਣਾ ਚਾਹੁੰਦਾ ਹੈ ਤਾਂ ਉਹ ਲੰਗਰ ਛਕ ਵੀ ਸਕਦਾ ਹੈ, ਪਰ ਉਹ ਉਸ ਕੋਲੋਂ ਕਿਸੇ ਤਰ੍ਹਾਂ ਦੀ ਕੋਈ ਆਰਥਿਕ ਮਦਦ ਨਹੀਂ ਲੈਣਗੇ। ਸਾਨੂੰ ਪਹਿਲੇ ਦਿਨ ਤੋਂ ਦੂਜੇ ਦਿਨ ਇਹ ਲੱਗਿਆ ਵੀ ਲੋਕ ਪੈਸੇ ਦੇਣ ਦੀ ਕੋਸ਼ਿਸ਼ ਕਰਦੇ ਨੇ, ਉਹਨਾਂ ਦੀਆਂ ਭਾਵਨਾਵਾਂ ਸਾਡੇ ਨਾਲ ਜੁੜੀਆਂ, ਉਹਨਾਂ ਨੂੰ ਪਤਾ ਵੀ ਵੱਡਾ ਸੰਘਰਸ਼ ਲੜ ਰਹੇ ਨੇ। ਪਰ ਸਾਡੇ ਆਗੂਆਂ ਨੇ ਸੋਚਿਆ ਵੀ ਸਰਕਾਰ ਇਸ ਮਸਲੇ 'ਚ ਬਦਨਾਮ ਕਰ ਸਕਦੀ ਹੈ, ਤਾਂ ਹੀ ਅਸੀਂ ਆ ਜਿਹੜੀਆਂ ਫਲੈਕਸਾਂ ਛਪਾ ਕੇ ਲਾਈਆਂ ਨੇ। ਇਹ ਬਹੁਤ ਵੱਡਾ ਚਪੇੜ ਹੈ ਇੱਥੇ ਦੇ ਲੀਡਰਾਂ 'ਤੇ ਜਿਨ੍ਹਾਂ ਨੇ ਕਰੋੜਾਂ ਰੁਪਈਆ ਇਸ ਦੇਸ਼ ਦਾ ਖਾਧਾ ਹੈ। ਪਰ ਜਥੇਬੰਦੀ ਘੋਲ ਲੜਦੇ ਹੋਏ ਵੀ ਲੋਕਾਂ ਨੂੰ ਇਹ ਬੇਨਤੀ ਕਰ ਰਹੀ ਹੈ, ਬੇਨਤੀ ਲਿਖ ਕੇ ਲਈ ਹੈ ਵੀ ਭਰਾਵੋ ਆਪਣੀ ਜਥੇਬੰਦੀ 'ਤੇ ਕਿਸੇ ਪ੍ਰਕਾਰ ਦਾ ਦਾਗ ਨਾ ਲੱਗੇ। ਇਹ ਬਹੁਤ ਵੱਡੀ ਪਹਿਲ ਕੀਤੀ ਹੈ, ਇਹ ਦੱਸਦਾ ਇੱਕ ਵੀ ਇਹ ਕਿਹੜੀ ਜਥੇਬੰਦੀ ਹੈ। ਅਸੀਂ ਰਾਹ ਜਾਂਦਿਆਂ ਨੂੰ ਵੀ ਕਿਹਾ ਵੀ ਪੈਸੇ ਦੇਣ ਦੀ ਕੋਸ਼ਿਸ਼ ਨਾ ਕਰੋ, ਸਰਕਾਰ ਇਹਨੂੰ ਕਿਹੜੇ ਖਾਤੇ ਪਾਉਂਦੀ ਹੈ, ਸਾਡੇ ਕੋਲ ਕਿਸੇ ਵੀ ਚੀਜ਼ ਦੀ ਕਮੀ ਨਹੀਂ। ਸਾਡੇ ਪਿੰਡਾਂ ਦੇ ਲੋਕਾਂ ਨੇ ਸਾਡੇ ਰਾਸ਼ਨ ਦੀਆਂ ਟਰਾਲੀਆਂ ਭਰਤੀਆਂ, ਸਾਡੇ ਕੋਲ ਦੁੱਧ ਦੀ ਕਮੀ ਨਹੀਂ, ਚੀਨੀ ਦੀ ਕਮੀ ਨਹੀਂ, ਆਟੇ ਦੀ ਕਮੀ ਨਹੀਂ, ਅਸੀਂ ਪੈਸੇ ਕੀ ਕਰਨੇ ਨੇ। ਅਸੀਂ ਤਾਂ ਉਹ ਲੋਕ ਹਾਂ ਜਿਹੜੇ ਸ਼ਾਮ ਨੂੰ ਜਿਹੜੀਆਂ ਦਰੀਆਂ ਥੱਲੇ ਵਿਛਾਉਂਦੇ ਹਾਂ ਉਹੀ ਸਾਡੇ ਆਗੂ ਝਾੜ ਕੇ ਉੱਤੇ ਲੈ ਕੇ ਪੈਂਦੇ ਨੇ। ਅਸੀਂ ਉਹ ਲੋਕ ਨਹੀਂ ਹੈਗੇ ਜਿਹੜੇ ਨੇ ਟਰੈਕਟਰਾਂ ਦੀਆਂ ਸੀਟਾਂ 'ਤੇ ਸੀਟਾਂ ਲਵਾ ਕੇ ਫਿਰ ਪੰਜਾਬ ਦੇ ਵਿੱਚ ਸਫ਼ਰ ਕਰਿਆ। ਉਹਨਾਂ ਦੇ ਮੂੰਹ 'ਤੇ ਆ ਬਹੁਤ ਵੱਡਾ ਚਪੇੜ ਹੈ, ਆਹ ਸਾਬਤ ਕਰਕੇ ਦਿਖਾਈ ਹੈ ਗੱਲ ਜਥੇਬੰਦੀ ਨੇ ਵੀ ਐਂ ਲੜਾਈਆਂ ਲੜੀਆਂ ਜਾ ਸਕਦੀਆਂ। ਸੰਘਰਸ਼ ਵਾਸਤੇ ਪੈਸੇ ਦੀ ਲੋੜ ਆ, ਗੱਲ ਠੀਕ ਆ ਤੁਹਾਡੀ, ਲੋਕ ਬਹੁਤ ਖੁੱਲ੍ਹੇ ਦਿਲ ਨਾਲ, ਸਾਨੂੰ ਪਤਾ ਜੀ ਅਸੀਂ ਸਾਡੇ ਇਕੱਠ 'ਚ ਕਹਿ ਦਈਏ ਵੀ ਸਾਨੂੰ ਇੰਨੇ ਪੈਸੇ ਦੀ ਲੋੜ ਆ, ਢੇਰ ਲਾ ਦੇਣਗੇ ਲੋਕ, ਕਿਉਂਕਿ ਲੋਕਾਂ ਨੂੰ ਪਤਾ ਵੀ ਖਰੀ ਸੱਚੀ ਸੁੱਚੀ ਜਥੇਬੰਦੀ ਆ ਜਿਹੜੀ ਉਹ ਇੱਕ ਸੰਘਰਸ਼ ਆ ਜਿਹੜੀ ਕਰ ਰਹੀ ਆ। ਇਸ ਕਰਕੇ ਅਸੀਂ ਕਿਸੇ ਵੱਡੇ ਕੰਪਨੀ ਵਾਲੇ ਤੋਂ, ਕਿਸੇ ਆੜ੍ਹਤੀਏ ਤੋਂ ਅਸੀਂ ਕਦੇ ਜਥੇਬੰਦੀ ਤੋਂ ਕਿਸੇ ਤੋਂ ਫੰਡ ਨਹੀਂ ਲੈਂਦੇ। ਅਸੀਂ ਫੰਡ ਜਿਹਨਾਂ ਲੋਕਾਂ ਦੀ ਲੜਾਈ ਲੜ ਰਿਹਾ ਉਹਨਾਂ ਲੋਕਾਂ ਨੂੰ ਕਹਿੰਦੇ ਹਾਂ ਵੀ ਭਾਈ ਉਹ ਲੋਕ ਬਥੇਰਾ, ਉਹਨਾਂ ਨੇ ਕੋਈ ਕਸਰ ਨਹੀਂ ਛੱਡੀ ਹੋਈ ਅਤੇ ਆਉਣ ਵਾਲੇ ਦਿਨਾਂ 'ਚ ਵੀ ਲੋਕਾਂ ਨੇ ਕਿਹਾ ਆ ਇੱਥੇ ਦੁੱਧ ਦੇ ਰਾਸ਼ਨ ਦੇ ਢੇਰ ਲਾ ਦੇ ਲੋਕਾਂ ਨੇ, ਫੰਡ ਦੀ ਕੋਈ ਕਮੀ ਨਹੀਂ ਹੈ। ਇਸ ਕਰਕੇ ਲੋਕ ਆ ਰਹੇ ਨੇ ਅਤੇ ਇਹ ਸਰਕਾਰਾਂ ਦੇ ਮੂੰਹ 'ਤੇ ਚਪੇੜ ਮਾਰਦੇ ਹਾਂ ਅਸੀਂ ਕਿ ਜਿਹੜੇ ਉਹ ਵੱਡੇ ਘਪਲੇਬਾਜ਼ੀਆਂ ਕਰਦੇ ਨੇ ਗਰਾਂਟਾਂ ਦੇ ਵਿੱਚੋਂ, ਅਤੇ ਅਸੀਂ ਇਸ ਗੱਲ ਤੋਂ ਵੀ ਸਾਡੇ 'ਤੇ ਕੱਲ੍ਹ ਨੂੰ ਕੋਈ ਦਾਗ ਨਾ ਲਾ ਦੇ ਇਹਨਾਂ ਨੇ ਟੋਲ ਪਲਾਜ਼ੇ 'ਤੇ ਇਕੱਠੇ ਹੋ ਕੇ ਉਹਨਾਂ ਨੇ ਪਤਾ ਨਹੀਂ ਕਿੰਨੇ ਕੁ ਪੈਸੇ ਇਕੱਠੇ ਕਰ ਲਏ। ਇਸ ਕਰਕੇ ਅਸੀਂ ਭਰਾਵਾਂ ਨੂੰ ਬੇਨਤੀ ਕਰਦੇ ਹਾਂ ਕਿ ਸਾਡੀ ਇੱਥੇ ਕੋਈ ਪਰਚੀ ਨਾ ਕਟਾਈ ਜਾਵੇ। ਲੰਗਰ ਪਾਣੀ ਵਾਧੂ ਪਿਆ, ਉਹਨਾਂ ਨੂੰ ਕਿਹਾ ਵੀ ਕੋਈ ਲੰਗਰ ਪਾਣੀ ਉਰੇ ਛੱਕ ਕੇ ਜਾਓ, ਅਤੇ ਇਹ ਇੱਕ ਬੇਨਤੀ ਕਰਦੇ ਹਾਂ ਵੀ ਭਰਾਵੋ ਇਹ 'ਚ ਸਹਿਯੋਗ ਕਰੋ, ਲੋਕਾਂ ਨੂੰ ਉੱਥੇ ਸਹੂਲੀਅਤ ਕਰਨ ਦਾ ਵੱਧ ਤੋਂ ਵੱਧ ਭੇਜਣ ਦਾ ਮੋਰਚੇ ਦੇ ਵਿੱਚ। ਇਹ ਸੱਚਮੁੱਚ ਇੱਦਾਂ ਦੇ ਵੱਡੇ ਦਿਲ ਵਾਲੀਆਂ ਤਸਵੀਰਾਂ ਸਿਰਫ ਪੰਜਾਬ ਤੋਂ ਹੀ ਸਾਹਮਣੇ ਆ ਸਕਦੀਆਂ ਨੇ, ਕਿਉਂਕਿ ਅੱਜ ਦੇ ਜ਼ਮਾਨੇ ਵਿੱਚ ਪੈਸੇ ਨੂੰ ਕੋਈ ਨਾ ਨਹੀਂ ਕਰਦਾ। ਜੋ ਕਿਸਾਨ ਆਪਣੇ ਹੱਕਾਂ ਦੀ ਲੜਾਈ ਲੜ ਰਿਹਾ ਹੈ ਉਹ ਆਪਣੀ ਮਿਹਨਤ ਦੀ ਕਮਾਈ ਨਾਲ ਹੀ ਇਸ ਨੂੰ ਜਿੱਤਣਾ ਚਾਹੁੰਦਾ ਹੈ। ਚੈਨਲ ਪ੍ਰਾਈਮਰੀ ਓਵਰਸੀਜ਼ ਕਿਸਾਨ ਵੀਰਾਂ ਦੀ ਇਸ ਸੋਚ ਨੂੰ ਬਹੁਤ ਸਲਾਮ ਕਰਦਾ ਹੈ ਜੋ ਇੰਨੀ ਉੱਚੀ ਸੋਚ ਨਾਲ ਆਪਣਾ ਧਰਨਾ ਪ੍ਰਦਰਸ਼ਨ ਕਰ ਰਹੇ ਨੇ। ਆਪਣੇ